ਲੁਧਿਆਣਾ ਤੋਂ ਲੋਕ ਸਭਾ ਚੋਣਾਂ ਦੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਭਾਜਪਾ ਦੇ ਸਾਰੇ ਹੀ ਵਾਰਡ ਵਾਈਜ਼ ਕੌਂਸਲਰਸ ਅਤੇ ਵਾਰਡ ਪ੍ਰਧਾਨਾਂ ਲਈ ਮੀਟਿੰਗ ਕੀਤੀ। ਜ਼ਿਲ੍ਹਾ ਭਾਜਪਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਨੇਤਾਵਾਂ ਵੱਲੋਂ ਇਸ ਮੀਟਿੰਗ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੁਧਿਆਣਾ ਵਿਖੇ ਚੋਣ ਪ੍ਰਚਾਰ ਦੀ ਰਣਨੀਤੀ ਬਣਾਈ ਗਈ ਅਤੇ ਜ਼ਿਆਦਾ ਤੋਂ ਜ਼ਿਆਦਾ ਜਨਤਾ ਤੱਕ ਪਹੁੰਚਣ ਤੇ ਵਿਚਾਰ ਕੀਤਾ ਗਿਆ। ਲੁਧਿਆਣਾ ਸ਼ਹਿਰ ਦੇ ਸਾਰੇ ਆਫਿਸ ਬੇਅਰਸ ਦੀ ਮੀਟਿੰਗ ਸੀ, ਜਿਹਦੇ 'ਚ ਮੰਡਲ ਪ੍ਰਧਾਨ, ਜ਼ਿਲ੍ਹਾ ਦੇ ਆਫਿਸ ਬੇਅਰਸ, ਬੂਥ ਕਮੇਟੀਆਂ ਦੇ ਇੰਚਾਰਜ ਸਾਰੇ ਬੁਲਾਏ ਸੀਗੇ ਅਤੇ ਤੁਸੀਂ ਦੇਖ ਲਿਆ ਕਿ ਤਕਰੀਬਨ 200-250 ਦੇ ਕਲੀਬ ਇਹਨਾਂ ਦੇ ਜਿਹੜੇ ਸਾਰੇ ਲੋਕਲ ਅਹੁਦੇਦਾਰ ਆਏ ਸੀਗੇ ਅਤੇ ਜਿੰਨੇ ਜੋਸ਼ ਨਾਲ ਇਹਨਾਂ ਦੇ ਮਨ ਵਿੱਚ ਇਹ ਲੜਾਈ ਜਿੱਤਣ ਦੀ ਭਾਵਨਾ ਹੈਗੀ ਹੈ, ਉਸ ਤੋਂ ਬਾਅਦ ਕੋਈ ਸ਼ੰਕਾ ਨਹੀਂ ਰਹਿੰਦੀ ਕਿ 19 ਤਰੀਕ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਵੱਡਾ ਜਿੱਤ ਮਿਲੇਗੀ ਅਤੇ ਆਉਣ ਵਾਲੀ ਪਾਰਲੀਮੈਂਟ ਦਾ ਨੁਮਾਇੰਦਾ ਜਿਹੜਾ ਹੈਗਾ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਹੋਏਗਾ। ਦੂਸਰੀ ਗੱਲ ਹੈ ਕਿ ਲੋਕ ਇਸ ਗੱਲ ਤੋਂ ਵੀ ਸੁਚੇਤ ਨੇ ਕਿ ਜਿਹੜੇ ਸਾਡੇ ਵਿਰੋਧੀ ਨੇ, ਵਿਰੋਧ 'ਚ ਇਲੈਕਸ਼ਨ ਲੜ ਰਹੇ ਨੇ, ਕਿ ਉਹ ਇੱਕ ਲਿਫਾਫਾ ਹੈ, ਇੱਕ ਜੁਮਲਾ ਹੈ, ਇੱਕ ਝੂਠ ਦਾ ਪਲੰਦਾ ਹੈ। ਸੋ ਲੋਕ ਹੁਣ ਉਹਨਾਂ ਨੂੰ ਮੂੰਹ ਨਹੀਂ ਲਾ ਰਹੇ, ਆਊਟ ਆਫ ਫਰਸਟ੍ਰੇਸ਼ਨ ਉਹ ਇਹ ਸਾਰੀਆਂ ਗੱਲਾਂ ਕਰ ਰਹੇ ਨੇ। ਦੇਖੋ, ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ, ਤੁਹਾਨੂੰ ਇੱਕ ਗੱਲ ਕਹਿ ਦੇਣਾ ਕਿ ਲੱਖਾਂ 'ਚ ਜਿੱਤਾਂਗੇ। ਅਸੀਂ ਸਮਝਦੇ ਹਾਂ ਕਿ ਅਸੀਂ ਲੱਖਾਂ ਵੋਟਾਂ ਦੇ ਮਾਰਜਨ ਦੇ ਨਾਲ ਲੁਧਿਆਣਾ ਕੌਂਸਟੀਚੁਐਂਸੀ ਨਾ ਸਿਰਫ ਜਿੱਤਾਂਗੇ ਬਲਕਿ ਜਿਹੜਾ ਕਾਂਗਰਸ ਦਾ ਝੂਠ ਪਿਛਲੇ 5 ਸਾਲ ਜਿਹੜਾ ਮੈਂਬਰ ਪਾਰਲੀਮੈਂਟ ਉਹ ਮਾਰਦਾ ਰਿਹਾ, 2 ਸਾਲ ਦੀ ਮੌਜੂਦਾ ਸਰਕਾਰ ਜਿਹੜੀ ਸੂਬੇ ਦੀ ਹੈ ਉਹ ਮਾਰ ਰਹੀ ਹੈ, ਉਹ ਪਰਦਾ ਫਾਸ਼ ਕਰਾਂਗੇ। ਔਰ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਜਕਰਤਾ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੇਗਾ ਔਰ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਇਹ ਲੜਾਈ ਜਿੱਤਾਂਗੇ। ਜੋ ਮਾਹੌਲ ਬਣਦਾ ਜਾ ਰਿਹਾ ਔਰ ਜੋ ਕਾਂਗਰਸ ਦੀਆਂ ਨਾਕਾਮੀਆਂ ਨੇ ਉਹਨਾਂ ਨੂੰ ਸਾਰੇ ਕਿਸੇ ਨੂੰ ਕੈਲਕੂਲੇਟ ਕਰੀਏ ਤਾਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਲੁਧਿਆਣੇ ਤੋਂ ਲਗਭਗ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਜਾਣਗੇ। ਸਾਰੇ ਲੀਡਰ ਸਾਹਿਬਾਨ, ਮੰਡਲ ਪ੍ਰਧਾਨ, ਕੌਂਸਲਰ ਸਾਹਿਬਾਨ, ਕਾਰਜਕਾਰਨੀ ਮੈਂਬਰ ਮਹੇਸ਼ਇੰਦਰ ਸਿੰਘ ਜੀ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਸਾਰੇ ਹੀ ਵਰਕਰਾਂ ਨੂੰ ਇਹ ਕਿਹਾ ਗਿਆ ਵੇ ਕਿ ਕਮ ਸੇ ਕਮ 2 ਲੱਖ ਵੋਟਾਂ ਤੋਂ ਅਸੀਂ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਂਝੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਅਸੀਂ ਭੇਜਾਂਗੇ, ਇਹ ਅਸੀਂ ਪ੍ਰਣ ਕੀਤਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।